ਇਹ ਲਾਣਾ ਜਿਹੜਾ ਨਾ ਟਕਸਾਲ ਵਾਲਾ ਆ ਜਿਹਨਾਂ ਦੇ ਬਾਰੇ ਅਸੀਂ ਕਹਿੰਦੇ ਹਾਂ ਵੀ ਜਦੋਂ ਲੋੜ ਸੀ ਤੇ ਇਹ ਉਸ ਵੇਲੇ ਪੋਥੀਆਂ ਕਰਕੇ ਤੇ ਕਥਾ ਸਿਖਾਉਣ ਲੱਗ ਪਏ ਵੀ ਹੋ ਸਕਦਾ ਇੱਥੋਂ ਮਜਬੂਰ ਕਰਕੇ ਹੀ ਗੁਰੂ ਸਾਹਿਬ ਨੂੰ ਤੋਰਿਆ ਹੋਵੇ ਇਹਨਾਂ ਨੇ ਵੀ ਮਗਰ ਬੰਦੇ ਵੀ ਭੇਜ ਕੇ ਉਹ ਕਰਕੇ ਮੁੜ ਕੇ ਬੰਦਾ ਸਿੰਘ ਬਹਾਦਰ ਆਇਆ ਉਹਦਾ ਸਾਥ ਨਹੀਂ ਦਿੱਤਾ ਤੇ ਉਹ ਕਰਕੇ ਵਿਰੋਧ ਖੜਾ ਕੀਤਾ ਉਹਦਾ ਉਹਦੇ ਖਤਮ ਹੁੰਦਿਆਂ ਹੀ ਇਹਨਾਂ ਨੇ ਚੱਕ ਕੇ ਗੁਰਦੁਆਰੇ ਦੇ ਕਬਜ਼ੇ ਜਿਹੜੇ ਬਾਬਾ ਦੀਪ ਸਿੰਘ ਦੀ ਲੜਾਈ ਹੋਈ ਆ ਦਰਬਾਰ ਸਾਹਿਬ ਦੇ ਕਬਜ਼ੇ ਦੀ ਹੋਈ ਪੀ ਗੁਰਦੁਆਰੇ ਦੇ ਕਬਜ਼ੇ ਵੱਲ ਨੂੰ ਤੁਰ ਪਏ ਇਹ ਅੱਜ ਵੀ ਤੁਸੀਂ ਦੇਖਦੇ ਨਾ ਇਹਨਾਂ ਦਾ ਵਿਧਾਨ ਤੁਸੀਂ ਦਰਬਾਰ ਸਾਹਿਬ ਔਰਤ ਕੀਰਤਨ ਨਹੀਂ ਕਰ ਸਕਦੀ ਮਹਾਰਾਜ ਦੀ ਹਜ਼ੂਰੀ ਨਹੀਂ ਬਹਿ ਸਕਦੀ ਮੈਨੂੰ ਲੱਗਦਾ ਹੁੰਦਾ ਸੀ ਪਹਿਲਾਂ ਵੀ ਇਹ ਖੇਡ ਇਹਨਾਂ ਨੇ ਖੇਡੀ ਆ ਭਈ ਮਾਤਾ ਭਾਗ ਕੌਰ ਉਸ ਵੇਲੇ ਸਾਥ ਦੇਣ ਲੱਗੀ ਗੁਰੂ ਸਾਹਿਬ ਦਾ ਇਹ ਲਾਣਾ ਥੋੜਾ ਜਿਹਾ ਦੂਜੇ ਪਾਸੇ ਨੂੰ ਬੈਠਾ ਸੀ ਤੇ ਇਹਨੀ ਚੱਕ ਕੇ ਰੌਲਾ ਪਾ ਕੇ ਵੀ ਜਿੱਥੇ ਕਿਤੇ ਨੇ ਕਿਹਾ ਹੋਵੇ ਕੋਈ ਸ਼ਰਮ ਕਰੋ ਵੀ ਉਹ ਦੇਖੋ ਉਹ ਔਰਤ ਹੋ ਕੇ ਖੜ ਗਈ ਤੇ ਇਹ ਕਹਿੰਦੇ ਹੁਣ ਛੱਡ ਉਹ ਤਾਂ ਨੰਗੀ ਫਿਰਦੀ ਆ ਭਾਜੀ ਅੱਜ ਸਿਮਰਜੀਤ ਨੇ ਲਿਖ ਇੱਕ ਪੋਸਟ ਪਾਈ ਆ ਤੇ ਉਹ ਦੇਖੋ ਜਿਹੜੇ ਨਾ 40 ਉਹ ਖਦਰਾਣੇ ਦੀ ਢਾਬ ਤੇ ਜਿਹੜੇ ਜੰਗ ਉਹਦੇ ਚੋਂ ਇੱਕ ਵੀ ਇਤਿਹਾਸ ਵਿੱਚ ਬਚਿਆ ਨੀ ਜਿਹੜੇ ਗਏ ਜਿਹਨਾਂ ਦੀ ਜਥੇ ਦੀ ਅਗਵਾਈ ਕਰਨ ਸੀ ਮਾਤਾ ਭਾਗ ਕੌਰ ਹਾਂਜੀ ਤੇ ਇਹ ਸੱਚਾਈ ਆ ਮੈਂ 100% ਸਹਿਮਤ ਹੁੰਦਾ ਕਿ ਮਾਤਾ ਭਾਗ ਕੌਰ ਅੱਜ ਸਾਡੀ ਉਹਦਾ ਨਾਂ ਅੱਜ ਸ਼ਹੀਦਾਂ ਚ ਹੋਣਾ ਸੀ ਸਾਡੇ ਲਈ ਪਰ ਇਹਨਾਂ ਤੋਂ ਜਰੀ ਨੀ ਗਈ ਕਿ ਇੱਕ ਔਰਤ ਨੂੰ ਸ਼ਹੀਦ ਦਾ ਦਰਜਾ ਔਰਤ ਨੂੰ ਇੱਕ ਜਰਨੈਲ ਦਾ ਦਰਜਾ ਜਥੇਦਾਰ ਦਾ ਦਰਜਾ ਇਹਨਾਂ ਤੇ ਜਰਿਆ ਨੀ ਗਿਆ ਕਿਉਂਕਿ ਉਹ ਲਾਣ ਇਹ ਉਹ ਲੋਕ ਆ ਜਿਹੜੇ ਸਦੀਆਂ ਤੋਂ ਔਰਤ ਨੂੰ ਦਬਾਉਂਦੇ ਆਉਂਦੇ ਸੀਗੇ ਉਹ ਕਿੱਦਾਂ ਦੇਖ ਸਕਦੇ ਸੀਗੇ ਕਿ ਇੱਕ ਔਰਤ ਨੂੰ ਪਾਤਸ਼ਾਹ ਦੇ ਘਰ ਦੇ ਵਿੱਚ ਇੰਨਾ ਮਾਣ ਮਿਲਦਾ ਹੋਵੇ ਜਥੇਦਾਰ ਬਣ ਜੇ ਅਸਲ ਵਿੱਚ ਉਹ ਸ਼ਹੀਦ ਹੋ ਗਈ ਹੈ ਜਿੱਦਾਂ ਗੁਰੂ ਸਾਹਿਬ ਦੇ ਨਾਲ ਛੁਰਾ ਮਾਰ ਕੇ ਨਾ ਆਪਣੇ ਆਪੇ ਛੁਰਾ ਮਾਰ ਕੇ ਉਹਨੂੰ ਗੋਲ ਮੋਲ ਕਰਤਾ ਨਾ ਗੱਲ ਨੂੰ ਨਾ ਸ਼ਹੀਦਾਂ ਚ ਜਾਣ ਦਿੱਤਾ ਨਾ ਦੂਏ ਪਾਸੇ ਜਾਣ ਦਿੱਤਾ ਬਸ 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 ਇੱਦਾਂ ਹੀ ਮਾਤਾ ਭਾਗ ਕੌਰ ਨੂੰ ਨਾ ਉੱਧਰ ਜਾਣ ਦਿੱਤਾ ਨਾ ਉੱਧਰ ਜਾਣ ਦਿੱਤਾ ਨਹੀਂ ਜਾਣੀ ਮੈਂ ਕਹਿੰਦਾ ਇਤਿਹਾਸ ਹੀ ਨੀ ਲਿਖਿਆ ਸਤਨਾਮ ਸਿੰਘ ਇੱਕ ਸਵਾਲ ਆ ਜੇ ਤਾਂ ਹੁਣ 84 ਵਿੱਚ ਜਾਂ ਟਕਸਾਲ ਦੇ ਆਪਣੇ ਬੰਦਿਆਂ ਦੇ ਵਿੱਚ ਆਪੇ ਹੀ ਜਿਹੜੀਆਂ ਲੜਾਈਆਂ ਇਹਨਾਂ ਨੇ ਸਹੇੜੀਆਂ ਉਹਦੇ ਵਿੱਚ ਵੀ ਜੇ ਆਪਸ ਵਿੱਚ ਹੀ ਵੀ ਇੱਕ ਸਕੂਟਰ ਖੋਹਦੇ ਤੇ ਆਪਸ ਵਿੱਚ ਹੀ ਗੋਲੀ ਲੱਗ ਗਈ ਸੀ ਹਾਂਜੀ ਹਾਂ ਬਿਲਕੁਲ ਉਹਨੂੰ ਵੀ ਸ਼ਹੀਦ ਕਹਿ ਦਿੱਤਾ ਇਹਨਾਂ ਨੇ ਤੇ ਜੇ ਪੁਲਿਸ ਨੇ ਚੱਕ ਕੇ ਕਿਸੇ ਬੰਦੇ ਕੋਲ ਹਥਿਆਰ ਨੀ ਪਿੰਡੋ ਚੱਕਿਆ ਚੱਕ ਕੇ ਉਹਨੇ ਗੋਲੀਆਂ ਮਾਰ ਕੇ ਉਹਨੂੰ ਵੀ ਸ਼ਹੀਦ ਕਹਿ ਦਿੱਤਾ ਇਹਨੀ ਜਦਕਿ ਨਾ ਉਹ ਲੜਿਆ ਆ ਨਾ ਉਹਦੇ ਕੋਲ ਕੋਈ ਸੰਕਲਪ ਸੀਗਾ ਨਾ ਉਹਦੇ ਕੋਲ ਕੋਈ ਆਪਣਾ ਆਪਣੀ ਲੀਹ ਸੀਗੀ ਬਸ ਗਲਤੀ ਨਾਲ ਕੀਤਾ ਉਹਨੇ ਤੇ ਇਹਨੇ ਸ਼ਹੀਦ ਬਣਾ ਦਿੱਤਾ ਹੁਣ ਇਤਿਹਾਸ ਲਿਖਣ ਵਾਲੇ ਨੂੰ ਸਵਾਲ ਆ ਵੀ ਜਦੋਂ 10ਵੇਂ ਪਾਤਸ਼ਾਹ ਨੂੰ ਜੇ ਬਾਕਿਆ ਹੀ ਸੂਬਾ ਸਰਹੰਦ ਦੇ ਭੇਜੇ ਹੋਏ ਪਠਾਣਾ ਨੇ ਛੁਰਾ ਮਾਰਿਆ ਤੁਸੀਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਕਿਉਂ ਨੀ ਦਿੱਤਾ ਨਹੀਂ ਭਾਜੀ ਕਲੀਅਰ ਹੈ ਗੱਲ ਦਰਜਾ ਉੱਥੇ ਉੱਥੇ ਝਗੜ ਬਹਿਸ ਹੋਈ ਇਹਨਾਂ ਦੀ ਉੱਥੇ ਰੋਇ ਚ ਜਿੱਦਾਂ ਜਦੋਂ ਨਾ ਗੱਲ ਖਿਲਰਨੇ ਤੇ ਡਰਦੇ ਜਦੋਂ ਗੱਲ ਬੋਲ ਮੋਲ ਕਰਨੀ ਹੁੰਦੀ ਤਾਂ ਇੱਦਾਂ ਦੇ ਨਤੀਜੇ ਨਿਕਲਦੇ ਉਹਦੇ ਵਿੱਚੋਂ ਇਹ ਨਤੀਜਾ ਉਹ ਚੋਂ ਨਿਕਲਿਆ ਜੇ ਦੁਸ਼ਮਣ ਨੇ ਮਾਰਿਆ ਹੁੰਦਾ ਨਾ ਤਾਂ ਉੱਥੇ ਤਾਂ ਲਲਕਾਰ ਕੇ ਕਹਿਣਾ ਸੀ ਵੀ ਸ਼ਹੀਦ ਆ ਸਾਡੇ ਉੱਥੇ ਹੀ ਉੱਥੇ ਪਰ ਕਿਹਾ ਨੀ ਗਿਆ ਕਾਰਨ ਹੈ ਉਹਦਾ ਕਾਰਨ ਹੈ ਕਿ ਆਪਣਿਆਂ ਦੇ ਉਹਨੂੰ ਛਪਾਣ ਤੇ ਲੱਗ ਗਏ ਛਪਾਉਂਦਿਆਂ ਨੇ ਉਹ ਸ਼ਹੀਦੀ ਦਾ ਦਰਜਾ ਵੀ ਜਾਂਦਾ ਲੱਗਾ ਗੁਰੂ ਦਾ ਇਹ ਗੱਲ ਹੋਈ ਆ ਅੱਜ ਦੇਖੋ ਤੁਸੀਂ ਅੱਜ ਸਾਡੀ ਕੌਮ ਨਾ ਇੱਕ ਪਾਸੇ ਤਾਂ ਸਾਡੇ ਵੱਲ ਜ਼ੋਰ ਲੱਗਿਆ ਵਾ ਰੇਡੀਓ ਵਿਰਸਾ ਹੋਰ ਭਾਈ ਸਾਹਿਬ ਸਾਰਿਆਂ ਦਾ ਭਾਈ ਇਹਨੂੰ ਅੱਗ ਲਾਓ ਇਹਨੂੰ ਇਤਿਹਾਸ ਚੋਂ ਕੱਢੋ ਬਾਹਰ ਜਿਹਨੇ ਸਾਡੀ ਸਾਡੀ ਜਥੇ ਦਾ ਰੋਲ ਕੇ ਰੱਖੀ ਜਿਹਨੇ ਔਰਤ ਦਾ ਮਾਣ ਸਤਿਕਾਰ ਜਿੱਥੋਂ ਜਰਿਆ ਨੀ ਗਿਆ ਹਨਾ ਤੇ ਉਹ ਪਤਾ ਉਹ ਅੱਜ ਉਹ ਕਹਿੰਦੇ ਆ ਕਿ ਸਾਡੀਆਂ ਜੜਾਂ ਨੂੰ ਹੱਥ ਪਾ ਲਿਆ ਹੱਥ ਜਿਹੜੇ ਇਕੱਠੇ ਹੋਏ ਹੋ ਇਹਨਾਂ ਨੂੰ ਇਹ ਕਹਿੰਦੇ ਆ ਤੇ ਇੱਕ ਪਾਸੇ ਤਾਂ ਇਹ ਆ ਇਹ ਕਹਿੰਦੇ ਸਾਡੀ ਕੌਮ ਬਚਣੀ ਤਾਂ ਆ ਜੇ ਮਾਤਾ ਭਾਗ ਕੌਰ ਦੇ ਲੀੜੇ ਲਾਵਾਂਗੇ ਬਸ ਨਾਲ ਕੌਮ ਹੀ ਨੀ ਬਚਦੀ ਨੰਗੀ ਨੰਗੀ ਰੱਖਾਂਗੇ ਨਹੀਂ ਤਾਂ ਇਹਨਾਂ ਨੂੰ ਪਤਾ ਔਰਤਾਂ ਨੇ ਸਿਰ ਬਹਿ ਜਾਣਾ ਚੜ ਕੇ ਇਹਨਾਂ ਦੇ ਬਸ 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 ਭਾਜੀ ਬਸ ਬਸ ਗੱਲ ਇਹੀ ਆ ਕੁਲਵੰਤ ਸਿੰਘ ਦੇਖੋ ਕੁਲਵੰਤ ਸਿੰਘ ਨੇ ਕਹਿੰਦਾ ਆ ਵੀ ਹਾਂ ਕੁਲਵੰਤ ਸਿੰਘ ਕਹਿੰਦਾ ਵੀ ਇਹ ਅਵਸਥਾ ਤਾਂ ਹੁਣ ਦੇਖੋ ਸਾਰਾ ਤਾਂ ਗੋਲ ਮੋਲ ਕਰਦੇ ਕੁਲਵੰਤ ਸਿੰਘ ਕਹਿੰਦਾ ਅਵਸਥਾ ਤਾਂ ਆਈ ਹੈ ਵੀ ਜਦੋਂ ਨਾ ਗੁਰੂ ਸਾਹਿਬ ਦੇ ਕੋਲ ਅਰਥ ਕੀਤੇ ਨਾ ਗੁਰਬਾਣੀ ਦੇ ਇੱਕ ਵਿੱਚ ਮਾਤਾ ਭਾਗ ਕੌਰ ਵੀ
ਪਰ ਉਹਨੂੰ ਟਕਸਾਲੀਆਂ ਨੂੰ ਪੁੱਛ ਲੈਣਾ ਚਾਹੀਦਾ। ਟਕਸਾਲੀਆਂ ਦਾ ਇਤਿਹਾਸ ਕਹਿੰਦਾ ਵੀ 48 ਸਿੰਘਾਂ ਨੇ ਅੱਖ ਪੜ੍ਹੇ ਸੀਗੇ, ਇਹਨਾਂ ਦੇ ਲਿਖੇ ਪਏ ਆ, ਇਹਨਾਂ ਦੇ ਬੋਲੇ ਪਏ ਆ, ਉਹਦੇ ਵਿੱਚ ਔਰਤ ਦਾ ਨਾਂ ਨੀ। ਔਰ ਉਹ ਕਹਿੰਦੇ ਇਹ ਲਿਖਤੀ ਨੀ ਹੈਗੀ, ਇਹ ਕਥਾ ਆ ਵੀ ਵਿਦੇਹ ਮੁਕਤ ਹੋ ਗਏ, ਸਣ ਦੇਹੀ ਸੱਚਖੰਡ ਨੂੰ ਗਏ 40 ਉਹ ਚੋਂ। ਤੇ ਦੋ ਰੋਕ ਲਏ ਸੀ, ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ, ਉੱਪਰ ਨੂੰ ਉਡਣ ਲੱਗੇ ਰੋਕ ਲਏ ਤੇ ਨਹੀਂ ਤੁਹਾਡੀ ਲੋੜ ਹੈ। ਜਸਵਿੰਦਰ ਸੁਣਿਆ, ਜਸਵਿੰਦਰ ਕੀ ਕਹਿੰਦਾ? ਉਹ ਪਹਿਲਾਂ ਤਾਂ ਕਹਿ ਗਿਆ, ਉਹ ਪਹਿਲਾਂ ਤਾਂ ਪ੍ਰੋੜ ਤਾਂ ਕਰ ਗਿਆ ਕੁਲਵੰਤ ਸਿੰਘ ਵਾਲੀ, ਐਨ ਵਿਵਸਥਾ ਹੁੰਦੀ ਹੈ ਏਦਾਂ, ਮੁੜ ਕੇ ਉਹਨੂੰ ਚੇਤਾ ਆਇਆ ਵੀ ਨਹੀਂ ਯਾਰ ਏਦਾਂ ਫਸ ਜਾਣਾ। ਮੁੜ ਕੇ ਕਹਿੰਦਾ ਦੇਖੋ ਜੀ ਗੱਲ ਏਦਾਂ ਵੀ ਉਹਨਾਂ ਦੇ ਹੋ ਗਿਆ ਸੀ ਜ਼ਖਮ, ਜਦੋਂ ਕਹਿੰਦਾ ਜ਼ਖਮ ਹੁੰਦੇ ਸਰੀਰ ਤੇ ਵਿਰੋਧੀ ਜਦੋਂ ਕਟਾ ਵੱਢ ਕਰਦਾ ਆ, ਜਦੋਂ ਕਿਰਪਾਨ ਮਾਰਦਾ ਕੁਛ, ਕਹਿੰਦਾ ਇਹ ਤਾਂ ਹੈ ਨੀ ਵੀ ਕੱਪੜੇ ਚੱਕ ਕੇ ਫੇਰ ਮਾਰਦਾ ਹੋਵੇ, ਉਹ ਕੱਪੜਿਆਂ ਸਣੇ ਮਾਰਦਾ। ਜਦੋਂ ਕਹਿੰਦਾ ਕੱਪੜਿਆਂ ਸਣੇ ਮਾਰੀ ਆ, ਜਦੋਂ ਸਰੀਰ ਤੇ ਟੱਕ ਪਿਆ ਆ ਤੇ ਕੱਪੜੇ ਵੀ ਪਾਟ ਗਏ, ਉਸ ਵੇਲੇ ਜਦੋਂ ਕਹਿੰਦਾ ਕੋਈ ਬਾਮ ਲਾਉਣਾ ਆ, ਕੋਈ ਮੱਲਮ ਲਾਉਣੀ ਆ, ਤੇ ਉਦੋਂ ਜ਼ਖਮ ਨੂੰ ਨੰਗਾ ਰੱਖਿਆ ਜਾਂਦਾ ਆ। ਸੰਤੋਖ ਸਿੰਘ ਨੂੰ ਤਾਂ ਨਾ, ਕੁਲਵੰਤ ਸਿੰਘ ਨੂੰ ਤਾਂ ਦੱਸਦੇ, ਉਹ ਤਾਂ ਕਹੀ ਜਾਂਦਾ ਅਵਸਥਾ ਆ। ਨਹੀਂ ਭਾਈ ਜੇ ਤੁਸੀਂ ਅੱਜ ਵੀ ਨਾ, ਮੈਂ ਦੇਖੋ ਪਿੰਡਾਂ ਦੇ ਵਿੱਚ ਸਿਆਣੇ ਬਜ਼ੁਰਗ ਔਰਤਾਂ ਆ, ਬਜ਼ਾਰ ਕਈ ਵਾਰੀ ਏਦਾਂ ਸਰੀਰ ਦੇ ਉੱਤੇ ਏਦਾਂ ਦੇ ਹੁੰਦੇ, ਉਹ ਬਾਹਰ ਨੀ ਚੁੰਨੀ ਉਹ ਲੈ ਕੇ ਰੱਖਦੇ, ਏਦਾਂ ਤਾਂ ਹੋਇਆ ਨੀ ਕਦੇ ਯਾਰ। ਅੱਜ ਅੱਜ ਸਤਨਾਮ ਸਿੰਘ ਜਮਾਨਾ ਇੰਨਾ ਐਡਵਾਂਸ ਹੋ ਗਿਆ, ਹਾਂਜੀ, ਹੌਸਪੀਟਲ ਦੇ ਕਮਰੇ ਦੇ ਵਿੱਚ ਪੇਸ਼ੈਂਟ ਕੱਲਾ ਪਿਆ ਹੁੰਦਾ, ਹਾਂਜੀ, ਮਤਲਬ ਇੱਕ ਔਰਤ ਆ, ਚਲੋ ਸੱਟ ਲੱਗਣੀ ਹੋਰ ਗੱਲ ਆ, ਜਦੋਂ ਬੱਚਾ ਸਜ਼ੈਰੀਅਨ ਰਾਹੀਂ ਹੁੰਦਾ, ਜਨਰਲ ਆਪਰੇਸ਼ਨ ਰਾਹੀਂ ਹੁੰਦਾ, ਹਾਂਜੀ, ਜਾਣੀ ਪੇਟ ਦੇ ਵਿੱਚ ਸਿੱਧਾ ਪੂਰਾ ਇੱਕ ਗਿੱਠ ਦਾ ਇਹਦਾ ਟੱਕ ਪਾ ਕੇ ਚੀਰ ਕੇ ਬੱਚੇ ਨੂੰ ਇੱਦਾਂ ਚੱਕਦੇ ਆ ਉਹ, ਹਾਂਜੀ। ਹੁਣ ਉਹ ਤੋਂ ਵੱਡਾ ਹੋਰ ਟੱਕ ਕਿੱਦਾਂ ਕਿੰਨਾ ਕੁ ਪੈ ਸਕਦਾ ਲੜਾਈ ਚ, ਜੇ ਤੇ ਜ਼ਖਮ ਏਦਾਂ ਮੱਲ ਮਲਾਉਣੀ ਹੋਵੇ। ਉਸ ਜਦੋਂ ਪੇਸ਼ੈਂਟ ਕੱਲਾ ਪਿਆ ਨਾ ਕਮਰੇ ਚ, ਕੋਈ ਜਾ ਨੀ ਸਕਦਾ, ਉਸ ਵੇਲੇ ਵੀ ਉਹਨੂੰ ਢੱਕ ਕੇ ਰੱਖਦੇ ਆ ਉਹ, ਹਾਂਜੀ, ਮਤਲਬ ਏਦਾਂ ਨੀ ਕਰਦੇ ਵੀ ਨਹੀਂ ਭਾਈ ਜ਼ਖਮ ਨੰਗਾ ਰੱਖਣਾ ਆ, ਜਾਣੀ ਇਹਦਾ ਹੁਣ ਨਹੀਂ। ਨਾਲੇ ਜ਼ਖਮ ਜਿਹੜੇ ਆ, ਜਿਹੜੇ ਜੰਗ ਚ ਜ਼ਖਮ ਹੋਏ, ਉਹ ਸੋਖ ਸਿੰਘ ਨੂੰ ਕੱਲੀ ਮਾਤਾ ਭਾ ਕੌੜਦੇ ਹੀ ਦਿਖੇ, ਔਰਤ ਦੇ ਹੀ ਦਿਖੇ ਜ਼ਖਮ, ਜ਼ਿਆਦਾ ਇਹ ਕਹਿੰਦੇ ਵੀ ਉਸ ਵੇਲੇ 200 ਸਿੰਘ ਫੱਟੜ ਹੋਇਆ ਸੀ, ਸਾਰੇ ਨੰਗੇ ਰਹੇ ਆ, ਉਹ ਸੰਤੋਖ ਸੂ ਇੱਦਾਂ ਲਿਖ ਦਿੰਦਾ। ਹਾਂ ਫਿਰ, ਹਾਂ ਫਿਰ ਬਾਕੀ ਕਿਸੇ ਦਾ ਨਾਂ ਨੀ, ਜੇ ਇਹ ਕੱਪੜੇ ਉਤਾਰਨੇ ਤਾਂ ਮਾਤਾ ਭਾ ਕੌੜਦੇ, ਮਤਲਬ ਜਿਹੜੀ ਜਿਹਨੂੰ ਮਾਣ, ਜਿਹਨੂੰ ਜਰਨੈਲੀ ਦਾ ਮਾਣ ਮਿਲਣਾ ਸੀ, ਜਿਹਨੂੰ ਸ਼ਹੀਦੀ ਦਾ ਮਾਣ ਮਿਲਣਾ ਸੀ, ਜਿਹਨੂੰ ਜਥੇਦਾਰੀ ਦਾ ਮਾਣ ਮਿਲਣਾ ਸੀ, ਉਹਨੂੰ ਮਾਣ ਕੀ ਮਿਲਿਆ ਵਾ, ਤੇ ਬਾਜੀ ਕਮਲੀ ਹੋ ਗਈ। ਨਹੀਂ ਹੁਣ ਦੇਖੋ ਜੀ, ਇਹ ਕਹਿੰਦੇ ਆ ਵੀ ਭਾਗ ਕੌਰ ਸੀ ਬਿਲਕੁਲ ਨਿਰਵਸਤਰ, ਹਾਂਜੀ, ਤੇ ਮੂਸੇ ਵਾਲੇ ਨੇ ਸਾਹਮਣੇ ਉਹ ਕੁੜੀ ਆ ਜਿਹੜੀ ਸੋਨਮ ਬਾਜਵਾ, ਉਹਦੇ ਜਿਹੜੇ ਕੱਪੜੇ ਆ ਆਮ, ਇੰਨੇ ਆਮ ਸਾਡੇ ਪੰਜਾਬੀ ਕੁੜੀਆਂ ਪਾਉਣੀਆਂ ਆ, ਜਾਣੀ ਜਿੱਦਾਂ ਦੀ ਉਹਨੂੰ ਪਾਇਓ ਆ, ਠੀਕ ਹੈ, ਉਹ ਉਹਨੂੰ ਕਹਿ ਰਿਹਾ ਆ ਵੀ ਇਹ ਭਾਗ, ਇਹਦੀ ਤਸਵੀਰ ਭਾਗ ਕੌਰ ਵਰਗੀ ਆ। ਹੁਣ ਇਹ ਉਹ ਮੂਸੇ ਵਾਲਾ, ਜਾਣੀ ਉਹਦੀ ਵਡਿਆਈ, ਉਹ ਜਿਹੜੀ ਅੱਜ ਦੇ ਸਮੇਂ ਦੇ ਨਾਲ ਹਣੀ ਬਣ ਕੇ ਚੱਲ ਰਹੀ ਨੌਜਵਾਨ ਲੜਕੀ ਆ, ਉਹ ਉਹਦੇ ਨਾਲ ਤਲਾ ਰਿਹਾ ਆ, ਤੇ ਇਹ ਅਜੇ ਵੀ ਨੰਗੀ ਰੱਖਣਾ ਚਾਹੁੰਦੇ ਆ ਉਹਨੂੰ। ਅੱਜ ਦੇ ਸਮੇਂ ਚ ਨਾ ਪੰਜਾਬ ਦੇ ਵਿੱਚ ਰਹਿਣੇ ਵਾਲੇ ਲੋਕ, ਇਹਨਾਂ ਮੁਲਕਾਂ ਚ ਤਾਂ ਅਲਾਊਡ ਨੀ ਹੈਗਾ ਏਦਾਂ, ਇਹਨਾਂ ਮੁਲਕਾਂ ਚ ਜੇ ਨਾ ਲੋਕ, ਜਿਹਨੂੰ ਹਰਦੇਵ ਸਿੰਘ ਜੰਮੂ ਵਾਲੇ ਨੇ ਤਾਂ ਸਾਡੇ ਲੋਹਗੜ੍ਹ ਵਾਲੇ ਨੇ ਵੀ ਝੁੱਡੂ ਨੇ ਫੋਟੋ ਬੀਚਦੀਆਂ ਪਾਈਆਂ ਸੀ, ਇਹਨਾਂ ਨੂੰ ਪੁੱਛੇ ਮੂਰਖੋ, ਜਿਹੜੀਆਂ ਕੁੜੀਆਂ ਇੰਨਾ ਜਿਗਰਾ ਕਰਦੀਆਂ ਨਾ ਬੀਚ ਤੇ ਏਦਾਂ ਨੰਗੀਆਂ ਕੱਪੜੇ ਖੋਲ ਕੇ ਫਿਰਦੀਆਂ, ਉਹਨਾਂ ਦਾ ਸਰੀਰ ਦੇਖਿਓ ਕਿਤੇ, ਉਹਨਾਂ ਦਾ ਉਹਨਾਂ ਦੀ ਵੈਸੇ ਫਿਗਰ ਦੇਖਿਓ, ਉਹਨਾਂ ਦਾ ਕੌਨਫੀਡੈਂਸ ਦੇਖਿਓ ਕਿਤੇ, ਸਾਡੇ ਬੰਦੇ ਤਾਂ ਦੂਰੋਂ ਦੇਖ ਸਕਦੇ ਆ, ਇੱਦਾਂ ਨੀ ਕਰ ਸਕਦੇ ਵੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਲੈਣ ਉਹਨਾਂ ਨਾਲ। ਨਹੀਂ ਨਹੀਂ ਹਾਂਜੀ ਭਾਜੀ, ਪਰ ਇੱਕ ਸੈਕਿੰਡ ਇਹਦੇ ਉਲਟ, ਹਾਂਜੀ, ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਰਹਿਣੇ ਵਾਲਾ ਬੰਦਾ ਟਕਸਾਲੀਆਂ ਨੂੰ ਪੁੱਛਿਓ, ਤੁਸੀਂ ਅੱਜ ਉਦਾਹਰਣ ਦਿਓ, ਅੱਜ ਦੇ ਸਮੇਂ ਚ ਜੇ ਕੋਈ ਤੁਹਾਨੂੰ ਉੱਥੇ ਔਰਤ ਨੰਗੀ ਤੁਰੀ ਫਿਰਦੀ ਦੀਦੀ ਆ, ਹਾਂਜੀ, ਉਹਦੇ ਬਾਰੇ ਦੱਸੋ ਉਹ ਹੈ ਕੌਣ ਆ। ਮੈਂ ਪੱਕਾ ਦੱਸ ਦਿੰਦਾ ਕੋਈ ਝੱਲੀ ਕਮਲੀ ਸਦੈਣ ਹੋ ਸਕਦੀ ਆ, ਉੱਦਾਂ ਕੋਈ ਬੰਦਾ ਨੀ ਨੰਗਾ ਅੱਜ ਦੇ ਸਮੇਂ ਚ ਰਹੂਗਾ। ਉਹਦੇ ਭਾਈ ਤੁਸੀਂ ਹਜੇ ਤਾਂ ਇੱਕ
ਇੱਕ ਮਾਤਾ ਭਾਗ ਕੌਰ ਤੇ ਗਾਣਾ ਨਿਕਲਿਆ, ਹਲੇ ਤਾਂ ਜੱਟ ਮੈਂ ਹੁਣ ਇੱਥੇ ਰੇਡੀਓ ਤੇ ਸਮਝ ਜਾਣਾ ਸਰੋਤਿਆਂ ਨੇ, ਕਹਿਣਾ ਨੀ ਚਾਹੁੰਦਾ ਵੀ ਜੱਟ ਏਦਾਂ ਘੋੜੇ ਤੇ ਬਿਠਾ ਕੇ ਲੈ ਲਓ ਕੰਧ ਤੋਂ ਜਿੱਦਾਂ ਛੇਵੇਂ ਪਾਤਸ਼ਾਹ ਲੈ ਗਏ, ਫਿਰ ਕੀ ਕਰੂੰਗੇ ਮਾਤਾ ਕੌਲਾਂ ਨੂੰ, ਕਿਹੜੀ ਚੱਪਣੀ ਕਿਹੜੀ ਚੱਪਣੀ ਚ ਨੱਕ ਡੋਬ ਕੇ ਮਰੂੰਗੇ। ਨਹੀਂ ਨਹੀਂ ਕਹਿਣਾ ਕਹਿਣਾ ਜੀ, ਅਸੀਂ ਤਾਂ ਸੰਤੋਖ ਸਿੰਘ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਉਦਾਂ ਕਹਿੰਦਾ ਭਾਈ ਉਧਾਲ ਕੇ ਲੈ ਗਿਆ। ਹਾਂ ਬਾਬਾ ਬੁੱਢਾ ਨੇ ਸ਼ਰਾਪ ਦਿੱਤਾ ਸੀਗਾ ਕਾਜੀ ਦੀ ਲੜਕੀ ਨੂੰ, ਉਧਾਲ ਕੇ ਲੈ ਗਿਆ ਛੇਵੇਂ ਪਾਤਸ਼ਾਹ, ਕੱਢ ਕੇ ਲੈ ਗਿਆ ਜਿਹੜਾ ਮਿਰਜ਼ਾ ਲੈ ਕੇ ਗਿਆ ਸੀ ਜਾਣੀ। ਹਾਂ ਤੇ ਜੇ 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 ਉਹਨ ਕਹਿ ਦਿੱਤਾ, ਜਦੋਂ ਹਜੇ ਤਾਂ ਉਹ ਹਜੇ ਤਾਂ ਗੱਲਾਂ ਬਹੁਤ ਆ, ਜੇ ਉਹਨ ਕਹਿ ਦਿੱਤਾ ਭਾਈ ਏਦਾਂ ਮੈਂ ਤੈਨੂੰ ਦੇਖਣੀ ਚਾਹੁੰਦਾ, ਜੱਟ ਹੈਦਾ ਤੈਨੂੰ ਦੇਖਣੀ ਚਾਹੁੰਦਾ, ਜਿੱਦਾਂ ਦੇਵੀ ਦੱਸਦੇ ਪਾਤਸ਼ਾਹ ਨੇ ਖੜੀ ਆਪਣੇ ਮੂਹਰੇ ਦੇਖੀ ਸੀ ਨੰਗੀ, ਉਹਦੇ ਨੀ ਹੋ ਰਹੀ। ਸਿੱਧੂ ਦਾ ਗਾਣਾ ਨੀ ਟੋਚਨਾ ਦਾ ਜੱਟ ਨੀ ਸ਼ਕੀਨ ਮੁੱਢ ਤੋਂ, ਜੇ ਹੁਣ ਏਦਾਂ ਕਹਿਤਾ ਭਾਈ ਏਦਾਂ ਘੋੜੇ ਤੇ ਬਿਠਾ ਕੇ ਲੈ ਜਾਊ ਜੱਟ ਜਿੱਦਾਂ ਕੌਲਾਂ ਲਿਆਂਦੀ ਸੀ, ਫਿਰ ਕਿਹੜੀ ਚੱਪਣੀ ਚ ਨੱਕ ਡੋਬਣਾ ਸਿੱਖਣਾ। ਨਹੀਂ ਫਿਰ ਕਿਸੇ ਨੇ, ਕੋਈ ਨੀ ਜੀ, ਪੀੜ੍ਹੀ ਆਉਣ ਵਾਲੀ ਨੇ ਉਹ ਚੀਜ਼ਾਂ, ਇਹਨਾਂ ਨੂੰ ਜਾਂ ਤਾਂ ਇਤਿਹਾਸ ਤੇ ਲਕੀਰ ਮਾਰਨੀ ਪੈਣੀ ਆ, ਜਾਂ ਇਹਨਾਂ ਨੂੰ ਇਕੱਲੇ ਹੋਣਾ ਪੈਣਾ, ਇਹਨਾਂ ਨੂੰ ਕਹਿਣਾ ਪੈਣਾ ਵੀ ਸਾਡਾ ਗੁਰੂ ਸਾਹਿਬ ਨਾਲ ਕੋਈ ਲੈਣਾ ਦੇਣਾ ਨੀ, ਸਾਡਾ ਤਾਂ ਆਹੀ ਪੰਥ ਆ, ਅਸੀਂ ਤਾਂ ਇਹੀ ਰੱਖਣਾ ਹੈ ਬਸ। ਬਿਲਕੁਲ ਭਾਜੀ, ਇਹਨਾਂ ਦੀ ਇੱਕ ਇਹਨਾਂ ਜਦੋਂ ਨਾ ਸਫਾਈ ਦਿੰਦੇ, ਕਈ ਵਾਰੀ ਬੰਦਾ ਜਦੋਂ ਝੂਠ ਹੁੰਦਾ ਨਾ ਜਿਹੜਾ, ਉਹ ਚਿਹਰੇ ਤੇ ਉਹ ਗੱਲਾਂ ਦੇ ਵਿੱਚ ਆ ਜਾਂਦਾ ਆ, ਉਹਦੇ ਅਰਥ ਜਦੋਂ ਫਿਰ ਨਿਕਲਦੇ ਨਾ, ਉਹ ਇਹ ਨੀ ਸੋਚਦੇ ਵੀ ਉਹਦੇ ਅਰਥ ਜਦੋਂ ਨਿਕਲਦੇ ਤਾਂ ਬਣਨਾ ਕੀ ਆ। ਇਹ ਕਹਿੰਦੇ ਆ ਵੀ ਝੂ ਇੱਕ ਤਿੰਨ ਚਾਰ ਕੁ ਮੈਂ ਸੁਣੇ ਆ, ਇੱਕ ਉਹ ਕੋਈ ਜਥੇਦਾਰ ਬਣੇ ਕੇਸ ਕੱਢਦਾ ਵੀ ਸੀਗਾ ਹਨਾ ਵਿੱਚ, ਹਾਂਜੀ, ਉਹ ਕਹਿੰਦੇ ਝੂਠ ਬੋਲਦੇ ਆ ਇਹ ਤੇ ਨਗਨ ਗੁਰੂ ਗੋਬਿੰਦ ਸਿੰਘ ਦੇ ਨਾਲ ਫਿਰੀ। ਦੇਖੋ ਕਮਾਲ, ਦੇਖੋ ਇਹਨਾਂ ਦੀ ਸੋਚ, ਦੇਖੋ ਕਹਿੰਦੇ ਝੂਠ ਬੋਲਦੇ ਆ ਤੇ ਗੁਰੂ ਗੋਬਿੰਦ ਸਿੰਘ ਨਾਲ ਨਗਨ ਫਿਰੀ ਹੈ। ਉਹ ਕਹਿੰਦੇ ਵੀ ਨਹੀਂ, ਨਗਨ ਤਾਂ ਉਹ ਪਹਿਲਾਂ ਫਿਰੀ ਆ ਕੱਲੀ, ਅੱਜ ਗੁਰੂ ਸਾਹਿਬ ਨੇ ਤਾਂ ਕੱਪੜੇ ਪਵਾਏ ਸੀ ਉਹਦੇ, ਸਾਫ ਨੀ ਕਰਦਾ ਕਿ ਚਿਹਰਾ ਪਵਾਇਆ ਉਹਦੇ ਵਿੱਚ। ਅੱਛਾ ਹੁਣ ਸੁਣੋ, ਮੈਂ ਕਹਿੰਦਾ ਭਈ ਬਚ ਸਕਦੇ ਆ ਥੋੜੀ ਬਹੁਤੀ ਕਸਮ ਖਾ ਕੇ, ਕਹਿੰਦਾ ਭਾਜੀ ਏਦਾਂ ਦੀਆਂ ਗੱਲਾਂ ਕਰਨ ਨੂੰ ਦਿਲ ਨੀ ਕਰਦਾ, ਪਾਤਸ਼ਾਹਾਂ ਸਾਡਿਆਂ ਦਾ ਇਹਨੀ ਜੋ ਜਲੂਸ ਕੱਢਿਆ ਨਾ ਉਹ ਝੱਲ ਨੀ ਹੁੰਦਾ ਸਾਤੋਂ, ਜੇ ਬਾਕੀ ਜਥੇ ਨਾਲ ਗੁਰੂ ਸਾਹਿਬ ਦੇ ਨਾਲ ਰਹੀ ਹੈ ਜਾਂ ਉਹਦੇ ਫੱਟ ਲੱਗੇ ਹੋ ਜਾਂ ਕੁਛ ਕਹਿ ਲਓ, ਤਾਂ ਵੀ ਮੰਨਦੇ ਕਿ ਬੱਚੀ ਬਣਾ ਕੇ ਗੁਰੂ ਸਾਹਿਬ ਨੇ ਆਪਣੇ ਆਪਣੇ ਨਾਲ ਰੱਖੀ ਹੈ, ਉਹ ਬੱਚੀ ਸੀ ਗੁਰੂ ਸਾਹਿਬ ਦੀ, ਫਿਰ ਵੀ ਠੀਕ ਹੈ। ਪਰ ਜਦੋਂ ਕਹਿੰਦੇ ਗੁਰੂ ਸਾਹਿਬ ਤੇ ਨਾਲ ਨਹੀਂ ਰਹੀ ਕੱਲੀ ਰਹੀ ਹੈ, ਉਦੋਂ ਸੋਚ ਕੇ ਅੱਜ ਦੇ ਜਮਾਨੇ ਦਾ ਹਾਲ ਸੋਚ ਕੇ, ਹਬਸ਼ੀ ਪਿੰਡਾਂ ਚ ਤੁਰੇ ਫਿਰਦੇ ਆ, ਉਹਨਾਂ ਦਾ ਉਹਨਾਂ ਦੀ ਸੋਚ ਬਾਰੇ ਸੋਚੋ, ਉਹ ਕੀ ਕਰਦੇ ਆ ਬਾਜੀਆਂ ਕਮਲੀਆਂ ਨਾਲ। ਨਹੀਂ ਨਹੀਂ ਕਦੇ ਸੋਚਿਆ ਗੱਲ ਕਿੱਦਾਂ ਜਾਂਦੀ, ਪਿੰਡਾਂ ਵਾਲਿਆਂ ਨੂੰ ਰਹਿਣ ਦਿਓ ਤੁਸੀਂ। ਹਾਂਜੀ ਜਰਨੈਲ ਸਿੰਘ ਪਿੰਡਰਾਂ ਵਾਲੇ ਨੇ ਬਲਜੀਤ ਕੌਰ ਨਾਲ ਕੀ ਕੀਤਾ ਸੀ, ਬਸ ਜੇ ਇਹਨਾਂ ਦੇ ਹੱਥ ਵੀ ਆ ਜਾਂਦੀ ਜਾਣੀ, ਦੁਸ਼ਮਣ ਦਾ ਹੀ ਕੀਤਾ ਨਾ ਆਪਣੇ ਦਾ, ਉਹ ਦੁਸ਼ਮਣ ਤਾਂ ਇਹਨਾਂ ਨੂੰ ਵੀ ਖਤਰਨਾਕ ਆ, ਇਸ ਗੱਲ ਨੂੰ ਉਹ ਦੁਸ਼ਮਣ ਦੇ ਹੱਥ ਆ ਜਾਂਦੀ, ਉਹ ਕਹਿੰਦੇ ਆਹੀ ਤਾਂ ਉਹ ਜਨਾਨੀ ਆ ਜਿਹੜੀ ਸਾਨੂੰ ਚਮਕਾ ਉੱਥੇ ਖਦਰਾਣੇ ਢਾਬ ਤੇ ਲੜ ਰਹੀ ਸੀ ਮੋਹਰੇ ਹੋ ਕੇ, ਇਹ ਮਾਰਦੀ ਸੀ, ਉਹਦਾ ਬਣਾਉਂਦੇ ਕੀ। ਨਾਲੇ ਕੱਲੀ ਨੀ, ਅਗਲੇ ਨੇ ਕਹਿਣਾ ਸੀ ਵੀ ਇਹ ਤਾਂ 40 ਨੂੰ ਲੈ ਕੇ ਮੁੜ ਕੇ ਲੈ ਕੇ ਆਈ ਆ। ਹਾਂ ਮੋੜ ਕੇ ਲੈ ਕੇ ਆਈ ਆ, ਇਹਨੀ ਇਹ ਵੀ ਨੀ ਸ਼ਰਮ ਕਰਦੇ ਵੀ ਜੇ ਗੁਰੂ ਨਾਲ ਹਜੇ ਰਹਿਣ ਦੇ, ਉਹਨੂੰ ਜੇ ਤੁਸੀਂ ਕਰਨਾ ਗੁਰੂ ਦੇ ਨਾਲ ਤਾਂ ਰਹਿਣ ਦਾ, ਸੇਫਟੀ ਤਾਂ ਹੈਗੀ ਆ ਨਾ।